ਮੈਂ ਪ੍ਰੋਫੈਸ਼ਨਲਿਜ਼ਮ ਬਾਰੇ ਕੁਝ ਬੋਲਣਾ ਚਾਹਨਾ ਖਾਸ ਕਰ ਕੰਸਟਰਕਸ਼ਨ ਇੰਡਸਟਰੀ ਚ ਜਦੋਂ ਡਰਾਇੰਗ ਆਉਂਦੀ ਆ ਨਾ ਟਰੇਡਮੈਨ ਕੋਲ ਉਹਦੇ ਤੇ ਇੱਕ ਇੱਕ ਚੀਜ਼ ਮੈਂਸ਼ਨ ਕੀਤੀ ਹੁੰਦੀ ਆ ਇੱਥੇ ਪਲੱਗ ਲੱਗਣਾ ਇੱਥੇ ਸਵਿੱਚ ਲੱਗਣੀ ਇੱਥੇ ਲਾਈਟ ਲੱਗਣੀ ਸਾਰਾ ਕੁਝ ਜੋ ਵੀ ਅਸੀਂ ਐਸਟੀਮੇਟ ਕਰਨਾ ਮਟੀਰੀਅਲ ਕਿੰਨਾ ਲੱਗਣਾ ਮੈਨਪਾਵਰ ਕਿੰਨੀ ਲੱਗਣੀ ਆ ਸਾਰਾ ਕੈਲਕੂਲੇਟ ਕਰਕੇ ਅਸੀਂ ਕੁਟੇਸ਼ਨ ਦੇ ਦਿੰਨੇ ਆ ਮਨ ਲਾ ਕੋਟੇਸ਼ਨ ਦਿੱਤੀ 20000 ਡਾਲਰ ਹੁਣ ਅਗਲੇ ਦਾ ਪ੍ਰੋਫੈਸ਼ਨਲਿਜ਼ਮ ਦੇਖੋ ਜਦ ਤਾ ਉਹ ਕਹੇ 20000 ਡਾਲਰ ਚ ਮੈਂ ਕੰਮ ਨਹੀਂ ਕਰਾਣਾ ਉਹ ਤੁਹਾਨੂੰ ਨਾ ਦੂਸਰਿਆਂ ਤੋਂ ਜਾਲੀ ਕੋਟੇਸ਼ਨਾਂ ਬਣਾ ਕੇ ਭੇਜੀਆਂ ਦਾ ਦੇਖ ਇੱਕ ਨੇ 15000 ਦਿੱਤੀ ਹੋਈ ਆ ਇੱਕ ਨੇ 16000 ਦਿੱਤੀ ਹੋਈ ਆ ਤੋ 20000 ਦਈ ਫਿਰਦਾ ਤੇ ਉਹਨਾਂ ਨੂੰ ਦੱਸਿਆ ਵੀ ਜਾਂਦਾ ਕਿ ਉਹ ਨਾਨ ਸਰਟੀਫਾਈਡ ਬੰਦੇ ਆ ਬਈ ਇਲੀਗਲ ਕੰਮ ਕਰਦੇ ਆ ਅਸੀਂ ਪ੍ਰੋਪਰ ਲੀਗਲ ਕੰਮ ਕਰਕੇ ਦੇਣਾ ਆ ਕਿਸੇ ਵੀ ਚੀਜ਼ ਨੂੰ ਚੈਲੰਜ ਨਹੀਂ ਕਰ ਸਕੋਗੇ ਬਾਅਦ ਵਿੱਚ ਪਰ ਫਿਰ ਵੀ ਚਲੋ ਕੰਮ ਲੈਣਾ ਹੁੰਦਾ 18000 ਚ ਕੰਮ ਮੁੱਕ ਜਾਂਦਾ ਹੁਣ ਜਿਹੜੀ ਡਰਾਇੰਗ ਦੇ ਹਿਸਾਬ ਨਾਲ ਤੁਸੀਂ 18000 ਦੀ ਕੁਟੇਸ਼ਨ ਲੈ ਲਈ ਜਦੋਂ ਕੰਮ ਸ਼ੁਰੂ ਹੋ ਗਿਆ ਉਸ ਡਰਾਇੰਗ ਨੂੰ ਤਾਂ ਫੋਲੋ ਹੀ ਨਹੀਂ ਕਰਦੇ ਤੁਸੀਂ ਕਹਿੰਨੇ ਸਾਨੂੰ ਇੱਥੇ ਐਕਸਟਰਾ ਪਲੱਗ ਚਾਹੀਦੇ ਆ ਇੱਥੇ ਅਸੀਂ ਇੱਕ ਐਕਸਟਰਾ ਰੂਮ ਬਣਾਣਾ ਆ ਆ ਅਸੀਂ ਇੱਕ ਹੋਰ ਰੂਮ ਬਣਾਣਾ ਆ ਇੱਥੇ ਪ੍ਰਾਈਸ ਉਹੀ ਰਹੂਗੀ ਤੇ ਜਿਹੜਾ ਟ੍ਰੇਡਮੈਨ ਦਾ ਮਟੀਰੀਅਲ ਆ ਉਹ ਹੌਲ ਸੇਲਰ ਫਰੀ ਦੇ ਦਿੰਦੇ ਨੇ ਜਿਹੜੇ ਮੈਨ ਆਵਰਸ ਉਹਨੇ ਪੇ ਕਰਨੇ ਆਪਣੇ EMPLOYES ਨੂੰ ਉਹ ਫਰੀ ਆਉਂਦੇ ਨੇ ਫਿਰ ਉਸ ਤੋਂ ਬਾਅਦ ਦੇਖ ਲਓ ਇਨਸਪੈਕਸ਼ਨ ਹੋ ਜਾਂਦੀ ਆ ਪਹਿਲਾ ਪਾਰਟ ਤਾਂ ਪੈਸਿਆਂ ਦਾ ਮਿਲ ਜਾਂਦਾ ਰਫ ਇਨਸਪੈਕਸ਼ਨ ਵਾਲਾ ਨਾ ਕਿਉਂਕਿ ਅੱਗੇ ਕੰਮ ਕਰਾਉਣਾ ਹੁੰਦਾ ਪਹਿਲੇ ਤੇ ਕੋਈ ਨਕਰਾ ਨਹੀਂ ਹੁੰਦਾ ਦੋ ਫੇਜ਼ ਹੁੰਦੇ ਆ ਕੰਸਟਰਕਸ਼ਨ ਦੇ ਰਫ ਇਨਸਪੈਕਸ਼ਨ ਤੇ ਫਾਈਨਲ ਇਨਸਪੈਕਸ਼ਨ ਰਫ ਇਨ ਦਾ ਫੇਜ਼ ਮੁੱਕ ਗਿਆ ਉਹ ਪੈਸੇ ਮਿਲ ਗਏ ਫਾਈਨਲ ਇਨਸਪੈਕਸ਼ਨ ਹੋ ਗਈ ਉਹ ਪੈਸੇ ਰੋਕ ਲੈਂਦੇ ਆ ਤੇ ਚਾਰਕ ਲਾਈਟਾਂ ਲਿਆ ਕੇ ਨਹੀਂ ਦੇਣੀਆਂ ਤੁਹਾਨੂੰ ਉਹ ਆਪੇ ਹੀ ਨਹੀਂ ਲਿਆ ਕੇ ਦੇਣੀਆਂ ਸਪਲਾਈ ਤਾਂ ਉਹ ਨਹੀਂ ਕਰਨੀਆਂ ਸੀ ਜਦ ਤੱਕ ਇਨਸਪੈਕਸ਼ਨ ਤੋਂ ਪਹਿਲਾਂ ਦੇ ਉਹ ਲਗਵਾ ਲਓ ਹੁਣ ਇਨਸਪੈਕਸ਼ਨ ਹੋ ਗਈ ਸਟੋਰ ਖੁੱਲ ਗਿਆ ਫੇਰ ਕਹਿਣਗੇ ਆ ਚਾਰ ਲਾਈਟਾਂ ਲਾ ਦੇ ਫੇਰ ਉਹਨਾਂ ਨੂੰ ਪੁੱਛੋ ਤੁਹਾਨੂੰ ਪਤਾ ਹੋਣਾ ਇਹ ਇਲੀਗਲ ਹੈ ਕਿਉਂਕਿ ਜਿਹੜੇ ਪਰਮਿਟ ਤੇ ਤੁਸੀਂ ਕੰਮ ਕਰਾਇਆ ਉਹਦੀ ਫਾਈਨਲ ਇਨਸਪੈਕਸ਼ਨ ਹੋ ਗਈ ਪਰਮਿਟ ਹੋ ਗਿਆ ਕਲੋਜ਼ ਇੱਕ ਅਨਪੜ ਬੰਦੇ ਨੂੰ ਤਾਂ ਤੁਸੀਂ ਕਹਿ ਦਿੰਨੇ ਆ ਲਾ ਵੀ ਦਿੰਦਾ ਇੱਕ ਸਰਟੀਫਾਈਡ ਬੰਦੇ ਨੂੰ ਪਤਾ ਹੈ ਹੁਣ ਇਹ ਇਲੀਗਲ ਹੈ ਜੇ ਤੁਸੀਂ ਇਹ ਲਾਈਟਾਂ ਲਾਉਣੀਆਂ ਪਹਿਲਾਂ ਤਾਂ ਦੁਵਾਰਾ ਪਰਮਿਟ ਪੁੱਲ ਕਰੋ ਇਹਦਾ ਫੇਰ ਲੱਗਣਗੀਆਂ ਜਦੋਂ ਇੰਨਾ ਕਹਦੇ ਹੋ ਫੇਰ ਜਿਹੜੇ ਬਾਕੀ ਦੇ ਪੈਸੇ ਇਹੀ ਬਹਾਨਾ ਲੱਭਦੇ ਹੁੰਦੇ ਬਾਕੀ ਦੇ ਪੈਸੇ ਮੰਗਦਾ ਫੇਰ ਬਾਕੀ ਦੇ ਪੈਸੇ ਮਾਰ ਲੈਂਦੇ ਆ ਤੇ ਗਲਤ ਵੀ ਤੁਹਾਨੂੰ ਕਹਿੰਦੇ ਆ ਇੰਨੀ ਗੱਲ ਹੈ ਜੀ ਇੰਨੀ ਕਹਾਣੀਆਂ ਆ